ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਲੀਡਰਾਂ ਦੀ ਮੁੱਦਿਆਂ ਦੇ ਉੱਤੇ ਸਿਆਸਤ ਘੱਟ ਅਤੇ ਇੱਕ ਦੂਜੇ 'ਤੇ ਤਹਿਮਤਬਾਜ਼ੀ ਵਾਲੀ ਚਿੱਕੜ ਸੁੱਟਣ ਵਾਲੀ ਸਿਆਸਤ ਭਾਰੂ ਰਹੀ ਹੈ। ਕੀ ਪਹਿਲੀਆਂ ਚੋਣਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੁੰਦਾ ਰਿਹਾ ਜਾਂ ਇਸ ਵਾਰੀ 2024 ਦੀਆਂ ਚੋਣਾਂ 'ਚ ਜ਼ਿਆਦਾ ਦੇਖਣ ਨੂੰ ਮਿਲਿਆ? ਨਹੀਂ, ਬੇੜਾ ਗਰਕ ਤਾਂ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੇ ਕੀਤਾ ਨਾ, ਕਦੇ ਇਹਨਾਂ ਪੰਜਾਬ ਦੀ ਨਹੀਂ ਗੱਲ ਕੀਤੀ। ਇਹਨਾਂ ਦੇ ਕਿ ਸਾਡੀ ਟੱਬਰ ਦੀ ਗੱਲ ਹੋ ਜਾਵੇ, ਸਾਡੀ ਕੁਰਸੀ ਦੀ ਗੱਲ ਹੋ ਜਾਵੇ, ਸਾਡੀ ਸਿਆਸਤ ਚਮਕਣੀ ਚਾਹੀਦੀ ਆ, ਇਹਨਾਂ 'ਤੇ ਪੰਜਾਬ ਦੇ ਫਿਕਰ ਹੈ ਨਹੀਂ ਆ। ਇਹ ਤਾਂ ਇਹਨਾਂ ਨੂੰ ਪੰਜਾਬ ਦੇ ਫਿਕਰ ਫਾਕੇ ਹੁੰਦੇ ਤਾਂ ਪੰਜਾਬ ਅੱਜ ਡੁੱਬਦਾ ਨਾ ਗਾ, ਪੰਜਾਬ 'ਤੇ ਕਰਜ਼ਾ ਨਾ ਚੜ੍ਹਦਾ। ਹੁਣ ਇਹ ਨਵੀਂ ਸਰਕਾਰ ਨੇ ਆ ਕੇ ਵੀ 75,000 ਕਰੋੜ ਦਾ ਕਰਜ਼ਾ ਲੈ ਹੀ ਲਿਆ, ਠੀਕ ਆ, ਇਹ ਔਰ 1,000 ਕਰੋੜ ਦੇ ਨਾਲ ਤਾਂ ਮੈਡੀਕਲ ਕਾਲਜ ਬਣ ਸਕਦੇ ਜਿਹੜੇ ਇਹਨਾਂ ਨੇ 16 ਬਣਾਉਣੇ ਸੀ। 2.5 ਸਾਲਾਂ ਦੇ ਵਿੱਚ ਇੱਕ ਵੀ ਕਾਲਜ ਨਹੀਂ ਰੱਖਿਆ, ਨਹੀਂ ਪੱਥਰ ਨਹੀਂ ਰੱਖਿਆ ਗਿਆ ਨਾ, ਅਤੇ ਨਾ ਬਣਿਆ ਹੈਗਾ। ਹੁਣ ਜਿਹੜੇ ਫਾਲਤੂ ਪੈਸੇ ਸਰਕਾਰ ਉਡਾ ਰਹੀ ਆ ਉਹ ਇੱਕ ਵੱਖਰਾ ਵੀ ਇਸ਼ੂ ਹੈਗਾ। ਹੁਣ ਪੰਜਾਬ ਦੇ ਜਿਹੜੇ ਮੁੱਦੇ ਨੇ, ਕਿੰਨੇ ਮੁੱਦੇ ਨੇ, ਪੰਜਾਬ ਦਾ ਸਾਡਾ ਪਾਣੀ 450 ਫੁੱਟ 'ਤੇ ਚੱਲ ਗਿਆ, ਸਾਡੀ ਧਰਤੀ ਨਸ਼ੇੜੀ ਹੋ ਚੁੱਕੀ ਆ, ਸਾਡੀ ਜਵਾਨੀ ਨਸ਼ੇੜੀ ਹੋ ਚੁੱਕੀ ਆ, ਸਾਡੀ ਕਿਸਾਨੀ ਖੁਦਕੁਸ਼ੀ ਦੇ ਰਾਹ 'ਤੇ ਆ, ਪਾਣੀ ਅਸੀਂ ਖਰਾਬ ਕਰ ਲਿਆ, ਧਰਤੀ ਅਸੀਂ ਖਰਾਬ ਕਰ ਲਈ, ਬਾਰਡਰ ਸਾਡਾ ਨਹੀਂ ਖੁੱਲ੍ਹ ਰਿਹਾ, ਵਾਤਾਵਰਨ ਸਾਡਾ ਖਰਾਬ ਹੋ ਗਿਆ, ਜਵਾਨੀ ਬਾਹਰ ਭੱਜ ਰਹੀ ਆ, ਕਿਸਾਨੀ ਤਬਾਹ ਹੋ ਰਹੀ ਆ, ਸਾਡੀ ਪਛਾਣ ਹੀ ਖਤਮ ਕੀਤੀ ਜਾ ਰਹੀ ਹੈ ਨਾ, ਸਾਡਾ ਤਾਂ ਜਿਹੜਾ ਜਗਰਾਫੀਕਲੀ ਤੌਰ 'ਤੇ ਸਾਨੂੰ ਤਾਂ ਖਤਮ ਕੀਤਾ ਜਾ ਰਿਹਾ। ਉਹ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਬਾਇਓਲੋਜੀਕਲ ਤੌਰ 'ਤੇ ਵੀ ਹੈਗੇ, ਇੰਨੇ ਲੋਕ ਇੱਥੇ ਆ ਕੇ ਵੱਸੀ ਜਾ ਰਹੇ ਹੈਗੇ ਨੇ, 22-23 ਲੱਖ UP ਬਿਹਾਰ ਦੇ ਲੋਕ ਆ, 7-8 ਲੱਖ ਮੁਸਲਮਾਨ ਭਰਾ ਆ ਗਿਆ, ਇਹ ਮੁੱਦੇ ਉੱਠ ਰਹੇ ਨੇ। ਹੁਣ ਜਿਵੇਂ ਤੁਸੀਂ ਗੱਲਬਾਤ ਕੀਤੀ ਆ ਸੁਲਤਾਨਪੁਰ ਲੋਧੀ ਜਾ ਕੇ, ਉੱਥੇ ਹਿੰਦੂ ਭਰਾ ਵੀ ਕਹਿ ਰਹੇ ਕਿ ਪੰਜਾਬੀਆਂ ਨੂੰ ਮਿਲਣਾ ਚਾਹੀਦਾ, ਗੈਰ ਪੰਜਾਬੀ ਆ ਕੇ ਵੱਸ ਰਹੇ ਨੇ। ਹੁਣ ਇਹ ਸਭ ਤੋਂ ਵੱਡਾ ਸਵਾਲ ਇਹ ਆ ਗਿਆ, ਔਰ ਸਭ ਤੋਂ ਵੱਡੀ ਗੱਲ ਇਹ ਆ ਗਿਆ ਕਿ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਪੰਜਾਬ ਦੀਆਂ, ਕਿਸੇ ਨੇ ਨਹੀਂ ਗੱਲ ਕੀਤੀ। ਲੁਧਿਆਣੇ ਬਿੱਟੂ ਅਤੇ ਉਹ ਲੜੀ ਜਾ ਰਹੇ ਨੇ, ਰਾਜਾ ਵੜਿੰਗ ਲੜੀ ਜਾ ਰਹੇ ਨੇ, ਅਤੇ CM ਸਾਹਿਬ ਸਾਰਿਆਂ ਨਾਲ ਲੜੀ ਜਾ ਰਹੇ ਹੈਗੇ ਨੇ, ਉਹ ਕਿਕਲੀਆਂ ਸੁਣਾ ਕੇ ਹੀ ਲੋਕਾਂ ਨੂੰ ਖੁਸ਼ ਕਰੀ ਜਾ ਰਹੇ ਨੇ। ਹੁਣ ਉਹ ਨਹੀਂ ਆ, ਸੁਖਬੀਰ ਬਾਦਲ ਹੋਣੀ ਇਹਨਾਂ ਨੂੰ ਗੱਪੀ ਕਹੀ ਜਾ ਰਹੇ ਨੇ ਵੀ ਝੂਠ ਆ, ਇਹ ਪੰਜਾਬ ਦੇ ਮੁੱਦੇ ਨੇ। ਪੰਜਾਬ ਦੇ ਕਿਸੇ ਨੂੰ ਗੱਪੀ ਕਹਿਣਾ, ਝੂਠਾ ਕਹਿਣਾ ਹੈਗਾ, ਤਿਤਲੀ ਕਹਿਣਾ, ਕਿਲਾ ਢਹਿ ਗਿਆ, ਇਹ ਪੰਜਾਬ ਦੇ ਮੁੱਦੇ ਨਹੀਂ। ਪੰਜਾਬ ਦੇ ਮੁੱਦਿਆਂ 'ਤੇ ਇਹਨਾਂ ਨੇ ਕਿਸੇ ਨੇ ਗੱਲ ਕੀਤੀ? ਪੰਜਾਬ ਦਾ ਰੋਡ ਮੈਪ ਨਹੀਂ ਦੱਸਿਆ, ਪੰਜਾਬ ਦਾ ਵਿਜ਼ਨ ਨਹੀਂ ਦੱਸਿਆ ਕਿ ਪੰਜਾਬ ਨੂੰ ਅਸੀਂ ਬਾਹਰ ਕਿਵੇਂ ਕੱਢਣਾ, ਇਸ ਦਲਦਲ ਦੇ ਵਿੱਚ ਆ। ਕਿਸੇ ਨੇ ਨਸ਼ਿਆਂ ਦੀ ਗੱਲ ਕੀਤੀ? ਨਹੀਂ, ਨਸ਼ਾ ਰੋਜ਼ ਵੇਖ ਰਿਹਾ। ਮਾਈਨਿੰਗ ਦੀ ਕਿਸੇ ਨੇ ਗੱਲ ਕੀਤੀ? ਕਿਉਂਕਿ ਨਸ਼ਿਆਂ ਦੇ ਮਸਲੇ ਦੇ, ਮਾਈਨਿੰਗ ਦੇ ਮਸਲੇ 'ਚ, ਮਾਫੀਆ ਦੇ ਮਸਲੇ ਦੇ ਵਿੱਚ ਜਿਵੇਂ ਅਕਾਲੀ ਦਲ, BJP ਔਰ ਕਾਂਗਰਸ ਵਲੇਟੀ ਗਈ, ਉਸੇ ਤਰ੍ਹਾਂ ਇਹ ਵੀ ਪਾਰਟੀ ਉਸੇ ਦਲਦਲ ਦੇ ਵਿੱਚ ਫਸ ਚੁੱਕੀ ਹੈਗੀ ਆ। ਅਕਾਲੀ BJP ਦਾ 10 ਸਾਲ ਰਾਜ ਰਿਹਾ, ਉਹਨਾਂ ਨੇ ਮੌਜਾਂ ਮਾਣੀਆਂ, ਹੁਣ BJP ਵਾਲੇ ਜਿੰਨੇ ਮਰਜ਼ੀ ਚੀਕਾਂ ਮਾਰੀ ਜਾਣ, ਪਰ ਤੁਸੀਂ ਵੀ ਸਾਰਿਆਂ ਨੇ ਮਲਾਈਆਂ ਖਾਧੀਆਂ, ਚਪੜਾਸੀ ਤੋਂ ਲੈ ਕੇ ਮੰਤਰੀ ਤੱਕ, ਚਪੜਾਸੀ ਤੋਂ ਲੈ ਕੇ ਵਾਈਸ ਚਾਂਸਲਰ ਦੇ ਅਹੁਦੇ ਤੁਸੀਂ ਅਕਾਲੀਆਂ ਕੋਲੋਂ ਧੱਕੇ ਦੇ ਨਾਲ ਲੈਂਦੇ ਰਹੇ ਨੇ, ਡਰਾ ਕੇ ਲੈਂਦੇ ਰਹੇ, ਧਮਕਾ ਕੇ ਰਹਿੰਦੇ ਰਹੇ ਨੇ, ਅਤੇ ਹੁਣ ਕਹਿੰਦੇ ਕਿ ਅਕਾਲੀ ਦਲ ਵੇਲੇ ਨਸ਼ਾ ਵਿਕਦਾ, ਬੇਦ ਵੀ ਉਹਨਾਂ ਵੇਲੇ, ਅਤੇ ਤੁਸੀਂ ਵੀ ਤਾਂ ਭਾਈਵਾਲ ਸੀ। ਜਿਵੇਂ ਹਰਜੀਤ ਸਿੰਘ ਗਰੇਵਾਲ ਕਹਿ ਰਹੇ ਸੀ ਦਿਨ ਬਠਿੰਡੇ ਕਿ ਅਸੀਂ ਜਿਨ੍ਹਾਂ ਨੇ ਬੇਦ ਵੀ ਕੀਤੀ ਆ ਉਹਨਾਂ ਨੂੰ ਅਸੀਂ ਕੀ ਨਾ ਸਜ਼ਾ ਦੇਵਾਂਗੇ, ਅਤੇ ਜਿਨ੍ਹਾਂ ਨੇ ਬੇਦ ਵੀ ਕੀਤੀ, ਜਿਨ੍ਹਾਂ ਨਾਲ ਤਾਰਾਂ ਜੁੜੀਆਂ ਹੈਗੀਆਂ, ਉਹਨਾਂ ਨੂੰ BJP ਦੀ ਸਰਕਾਰ ਰੋਜ਼ ਪਰੋਲ ਦੇ ਦਿੰਦੀ ਹੈਗੀ ਆ। ਇਹ ਸਾਰੇ ਝੂਠੇ ਨੇ, ਫਰਜ਼ੀ ਲੋਕ ਨੇ, ਲੋਕਾਂ ਨੂੰ ਹਜੇ ਵੀ ਬੇਵਕੂਫ ਸਮਝ ਰਹੇ ਹੈਗੇ ਨੇ। ਇਸ ਕਰਕੇ ਕਿਸੇ ਵੀ ਲੀਡਰ ਨੇ ਪੰਜਾਬ ਦੀ ਨਹੀਂ ਗੱਲ ਕੀਤੀ, ਪੰਜਾਬ ਦੀ ਜਵਾਨੀ ਵਾਲੀ ਨਹੀਂ ਕੀਤੀ ਹੈਗੀ, ਔਰ ਇਹ ਜਿਹੜਾ ਵਿਜ਼ਨ ਦੇਣਾ ਚਾਹੀਦਾ, ਕਿਉਂਕਿ ਚਲੋ ਅਸੀਂ ਭਾਵੇਂ ਸੈਂਟਰ ਸਰਕਾਰ ਚੁਣ ਰਹੇ ਹੈਗੇ ਨੇ, ਪਰ ਸਵਾਲ ਹੈ ਕਿ ਪੰਜਾਬ ਦੀ ਗੱਲ ਹੋਣੀ ਚਾਹੀਦੀ ਹੈਗੀ ਆ। ਉੱਥੇ ਜੀ ਹਰਸਿਮਰਤ ਹਾਰ ਜੂਗੀ, ਉੱਥੇ ਜੀ ਆਮ ਆਦਮੀ ਪਾਰਟੀ ਦੀ ਕੋਈ ਟਿਕ ਨਹੀਂ ਆਉਣੀ ਹੈਗੀ, ਇਹ ਵਾਜੇ ਵੱਜ ਗਏ ਹੈਗੇ ਨੇ। ਇਹ ਗੱਲਾਂ ਮੈਨੂੰ ਲੱਗਦੀਆਂ ਕਿ ਪੰਜਾਬ ਦੇ ਭਲੇ ਦੇ ਵਿੱਚ ਨਹੀਂ ਆ। ਨਸ਼ਾ ਰੋਜ਼ ਹੀ ਨਸ਼ੇ ਦੇ ਨਾਲ ਮੁੰਡੇ ਮਾਰੇ ਨੇ, ਚੋਣ ਜਾਬਤਾ ਲੱਗਿਆ ਹੋਇਆ, ਮਾਈਨਿੰਗ ਹੋ ਰਹੀ ਆ, ਸਰਕਾਰ ਚੁੱਪ ਆ, ਹੁਣ ਕਿਉਂ ਨਹੀਂ ਨਸ਼ੇ ਦੀ ਗੱਲ ਹੋ ਰਹੀ, ਹੁਣ ਮਾਈਨਿੰਗ ਦੀ ਗੱਲ, ਹੁਣ ਬੇਦਬੀ ਦੀ ਗੱਲ ਕਿਉਂ ਨਹੀਂ ਹੋ ਰਹੀ, ਕਾਨੂੰਨ ਵਿਵਸਥਾ ਦੀ ਕਿਉਂ ਨਹੀਂ ਗੱਲ ਹੋ ਰਹੀ ਨਾ? ਇਹ ਸਾਰੀਆਂ ਗੱਲਾਂ ਹੋ ਰਹੀਆਂ ਪਰ ਲੋਕਾਂ ਦਾ ਇੰਟਰਸਟ ਨਹੀਂ ਆ। ਲੋਕ ਸੁਖਬੀਰ ਬਾਦਲ ਦੀਆਂ ਗੱਲਾਂ ਸੁਣ ਕੇ ਖੁਸ਼ ਹੋ ਜਾ ਰਹੇ ਨੇ, ਬਿਕਰਮ ਸਿੰਘ ਮਜੀਠੀਆਂ ਦੀਆਂ ਗੱਲਾਂ ਸੁਣ ਕੇ ਖੁਸ਼ ਹੋ ਰਹੇ ਨੇ, ਰਾਜਾ ਅਮਰਿੰਦਰ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਰਮਨੀਤ ਸਿੰਘ ਬਿੱਟੂ, ਭਗਵੰਤ ਮਾਨ ਸਾਹਿਬ, ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਹੱਸੀ ਜਾ ਰਹੇ। ਮੈਨੂੰ ਤਾਂ ਪੰਜਾਬੀਆਂ 'ਤੇ ਆਉਂਦਾ ਕਿ ਤੁਸੀਂ ਯਾਰ ਇੰਨੇ ਕੰਨ ਰੱਸੀ ਹੋ,
ਵੀ ਕੋਈ ਲੋਕ ਜਦੋਂ ਤੁਹਾਡੇ ਕੋਲ ਆਉਂਦੇ, ਕਿਸੇ ਵੀ ਵੋਟਰ ਨੇ ਪੰਜਾਬ ਦੇ, ਕਿਸੇ ਵੀ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਅਤੇ ਉਹੀ ਸਿਆਸੀ ਪਾਰਟੀਆਂ ਵਾਂਗੂ ਉਹਨਾਂ ਦੇ ਵੀ ਵਨ ਸਵਨੇ ਰੂਪ ਹੋ ਗਏ ਨੇ, ਉਹ ਵੀ ਹੁਣ ਦਲ ਬਦਲੂ ਜਿਹੇ ਹੋ ਗਏ ਨੇ, ਵੀ ਅਸੀਂ ਅੱਜ ਸਾਡੀ ਸੈਟਿੰਗ ਕਿਹਦੇ ਨਾਲ, ਉਹਨਾਂ ਦੀਆਂ ਵੀ ਸੈਟਿੰਗਾਂ ਹੋਣ ਲੱਗ ਪਈਆਂ ਨੇ, ਅਸੀਂ ਕਿਹਦੇ ਕਹਿਣ 'ਤੇ ਕੀ ਕੁਝ ਕਰਨਾ ਉਹ ਵੀ ਡਿਸਾਈਡ ਹੋ ਗਿਆ। ਪਰ ਘੱਟੋ ਘੱਟ ਜਿਹੜਾ ਵੀ ਲੀਡਰ ਆਉਂਦਾ ਉਹਨੂੰ ਦੱਸ ਦੇ ਕਿ ਆਪਣਾ ਏਜੰਡਾ ਦੱਸ, ਤੁਹਾਡਾ ਕੀ ਚੋਣ, ਤੁਸੀਂ ਪੰਜਾਬ ਵਾਸਤੇ ਕੀ ਕਰੋਗੇ, ਉਹ ਕਿਸੇ ਨੇ ਪੁੱਛਿਆ ਨਹੀਂ ਹੈਗਾ। ਅਤੇ ਕਿਸੇ ਵੀ ਲੀਡਰ ਨੂੰ ਆਪਾਂ ਮੰਨ ਕੇ ਚੱਲੋ ਕਿ ਚਾਰ ਪਾਰਟੀਆਂ ਨੇ ਮੋਟੇ ਰੂਪ 'ਚ, 52 ਜਾਣੇ ਹੋ ਗਏ ਨਾ, 52 ਜਿਹੜੇ ਕੈਂਡੀਡੇਟ ਨੇ, ਕਿਸੇ ਵੀ ਕੈਂਡੀਡੇਟ ਨੂੰ ਤੁਸੀਂ ਪੁੱਛ ਲਓ ਕਿ ਤੁਹਾਡੀ ਪਾਰਟੀ ਦਾ ਕਿਹੜਾ ਕਿਹੜਾ ਏਜੰਡਾ ਹੈਗਾ, ਜਿਹੜਾ ਚੋਣ ਘੋਸ਼ਣਾ ਪੱਤਰ ਆ, ਸਾਨੂੰ ਮੂੰਹ ਜ਼ਬਾਨੀ ਸੁਣਾ ਦੇ, ਸਾਨੂੰ ਪਹਿਲਾ ਪੰਨਾ ਹੀ ਸੁਣਾ ਦੇ ਨਾ, ਕਿਉਂਕਿ ਕੱਢਣੀਆਂ ਗਾਲਾਂ ਵਾ। ਲਾਲਜੀਤ ਭੁੱਲਰ ਹੋਣੀ ਭਾਈਚਾਰੇ ਬਾਰੇ ਖਿਲਾਫ਼ ਬੋਲੀ ਜਾ ਰਹੇ ਨੇ, ਹੁਣ ਉਹ ਵਕੀਲਾਂ ਬਾਰੇ ਬੋਲੀ ਜਾ ਰਹੇ ਨੇ, ਕਿਸੇ ਨੇ ਵੀ ਪੰਜਾਬ ਦਾ ਕਿਸੇ ਨੂੰ ਨਹੀਂ ਪਤਾ ਹੈਗਾ। ਆਮ ਆਦਮੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੂੰ ਪੁੱਛ ਲਓ ਵੀ 5 ਗਰੰਟੀਆਂ ਦੱਸ ਦਿਓ ਕੀ ਆ, ਜਾਂ ਕਾਂਗਰਸ ਦੇ ਲੀਡਰ ਪੁੱਛ ਲਓ ਵੀ ਤੁਹਾਡਾ ਜਿਹੜਾ ਨਿਆਂ ਸੰਕਲਪ ਜਿਹੜਾ ਪ੍ਰੋਗਰਾਮ ਉਹਦੇ ਪੰਜਾਬ ਬਾਰੇ ਕੀ ਕੁਝ ਲਿਖਿਆ ਸਾਨੂੰ ਦੱਸ ਦਿੰਦਾ। ਮੋਟੀ ਜਿਹੀ ਗੱਲ ਕਹੀ ਜਾਂਦੇ ਕਿ ਬੀਜੇਪੀ ਤੋਂ ਖਤਰਾ ਵਾ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ, ਉਹ ਕਹੀ ਜਾਂਦੇ, ਬੀਜੇਪੀ ਵਾਲੇ ਕਹੀ ਜਾ ਰਹੇ ਨੇ ਕਿ ਇੰਡੀਆ ਗੱਠਜੋੜ ਲਟੇਰਿਆਂ ਦਾ, ਆਮ ਆਦਮੀ ਪਾਰਟੀ ਕਹੀ ਜਾਂਦੀ ਕਿ ਕਾਂਗਰਸ ਬੜੀ ਮਾੜੀ ਹੈਗੀ ਆ, ਅਤੇ ਫਿਰ ਪੰਜਾਬ ਦੇ ਵਿੱਚ ਮਾੜੀ ਆ, ਹਰਿਆਣੇ ਦੇ ਵਿੱਚ ਚੰਗੀ ਆ, ਯੂਪੀ ਦੇ ਯੂਟੀ ਦੇ ਵਿੱਚ ਚੰਗੀ ਆ, ਦਿੱਲੀ ਦੇ ਵਿੱਚ ਚੰਗੀ ਆ। ਮਤਲਬ ਪੰਜਾਬ ਦੇ ਲੋਕਾਂ ਦੀ ਅਤੇ ਪੰਜਾਬ ਦੇ ਲੀਡਰਾਂ ਦੀ ਮੈਨੂੰ ਸਮਝ ਨਹੀਂ ਲੱਗੀ ਹੈਗੀ ਕਿ ਇਹ 75 ਦਿਨਾਂ ਦਾ ਪਹਿਲੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਪਹਿਲੀ ਦਫ਼ਾ ਹੋਇਆ ਕਿ ਐਡਾ ਲੰਮਾ ਚੋਣ ਪ੍ਰਚਾਰ ਹੈ। ਬੀਜੇਪੀ ਨੇ ਆਪਣੇ ਹਿਸਾਬ ਨਾਲ ਚੋਣ ਪ੍ਰਚਾਰ ਕੀਤਾ ਹੈਗਾ, ਡਿਸਾਈਡ ਕੀਤਾ ਹੈਗਾ, ਇਲੈਕਸ਼ਨ ਕਮਿਸ਼ਨ ਨੇ ਉੱਦਾਂ ਹੀ ਮੰਨਿਆ। 75 ਦਿਨਾਂ ਦਾ ਕਦੀ ਚੋਣ ਜਾਪਦਾ ਨਹੀਂ ਲੱਗਦਾ, 45-46 ਦਿਨ ਦਾ ਹੁੰਦਾ, ਇਹਨਾਂ ਦੇ ਲਗਭਗ 2.5 ਮਹੀਨਿਆਂ ਦਾ ਲਾ ਛੱਡਿਆ ਹੈਗਾ, ਅਤੇ 2.5 ਮਹੀਨਿਆਂ ਦੇ ਵਿੱਚ ਨਾ ਦੇਸ਼ ਦੀ ਗੱਲ ਹੋਈ ਨਾ ਪੰਜਾਬ ਦੀ ਗੱਲ ਹੋਈ। ਜਿੱਥੇ ਤੱਕ ਰਹੀ ਗੱਲ ਕਿ ਲਗਭਗ 13 ਸੀਟਾਂ ਦੇ ਉੱਤੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਰਿਹਾ ਕਿ ਮੁੱਦਿਆਂ ਦੀ ਗੱਲ ਨਹੀਂ ਹੋਈ, ਪਰ ਇਹਨਾਂ ਮੁੱਦਿਆਂ 'ਤੇ ਗੱਲ ਨਾ ਕਰਨ ਦੇ ਕਰਕੇ ਹੀ ਖਡੂਰ ਸਾਹਿਬ ਆਜ਼ਾਦ ਉਮੀਦਵਾਰ ਨੇ ਸਿਆਸੀ ਸਮੀਕਰਨ ਬਦਲਤੇ, ਨਾਲ ਹੀ ਫਰੀਦਕੋਟ 'ਚ ਬਦਲੇ ਗਏ। ਉੱਥੇ ਉਹਨਾਂ ਨੇ ਉਹਨਾਂ ਆਜ਼ਾਦ ਉਮੀਦਵਾਰਾਂ ਦੇ ਦੋ ਏਜੰਡੇ ਮੁੱਖ ਹੈ, ਇੱਕ ਤਾਂ ਪੰਥ ਨੂੰ ਲੈ ਕੇ ਕਿ ਬੰਦੀ ਸਿੰਘਾਂ ਨੂੰ ਲੈ ਕੇ ਅਸੀਂ ਕੰਮ ਕਰਨਾ ਜਿਹੜਾ ਬਾਕੀ ਨਹੀਂ ਕਰਵਾ ਸਕੇ, ਇੱਕ ਜਿਹੜਾ ਨਸ਼ੇ ਦਾ ਮੁੱਦਾ। ਹੁਣ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਇਸ ਕਰਕੇ ਲੋਕ ਨਹੀਂ ਤੁਰੇ ਕਿ ਉਹ ਬਹੁਤ ਵੱਡਾ ਸੂਝਵਾਨ ਹੈ ਅਤੇ MP ਬਣ ਕੇ ਸਾਰੇ ਮਾਹੌਲ ਨਹੀਂ ਬਦਲ ਦੇਗਾ ਜਾਂ ਪੰਜਾਬ ਉਸ ਦੇ ਵਿਜ਼ਨ ਨਾਲ ਚੱਲੇਗਾ, ਇਸ ਤਰ੍ਹਾਂ ਨਹੀਂ ਹੈ। ਉੱਥੇ ਨਸ਼ੇ ਦੇ ਕਰਕੇ ਬੀਬੀਆਂ ਅਤੇ ਨੌਜਵਾਨ ਮੈਦਾਨ 'ਚ ਆਏ ਆ, ਸੜਕਾਂ 'ਤੇ ਆਏ ਆ, ਉਹਨਾਂ ਨੇ ਵੀ ਇਸੇ ਕਰਕੇ ਉਹਨਾਂ ਨੂੰ ਸਪੇਸ ਮਿਲ ਗਈ ਜਿਹਦੇ ਕਰਕੇ ਝੰਡੀ ਹੁਣ ਉਹਨਾਂ ਦੀ ਅੱਜ ਕੱਲ੍ਹ। ਨਹੀਂ ਬਿਲਕੁਲ, ਲੋਕਾਂ ਨੇ ਇਸੇ ਕਰਕੇ ਤਾਂ ਨਸ਼ਿਆਂ ਤੋਂ ਦੁਖੀ ਹੋ ਕੇ, ਨਸ਼ਾ ਬਹੁਤ ਵੱਡੀ ਪੰਜਾਬ ਦੀ ਪ੍ਰੋਬਲਮ ਆ, ਉਹ ਭਗਵੰਤ ਮਾਨ ਸਾਹਿਬ ਦੀ ਸਰਕਾਰ ਵੀ ਨਸ਼ਿਆਂ ਨੂੰ ਸੁਲਝਾ ਨਹੀਂ ਪਾਈ। ਹੁਣ ਆਪਾਂ ਕਿੰਨੀ ਕੁ ਚਿਰ ਕਹਾਂਗੇ ਕਿ ਪਿਛਲਿਆਂ ਨੇ ਕੰਡੇ ਬੀਜੇ ਨੇ, ਉਹ ਇੱਕ ਝੂਠੀ ਗੱਲ ਹੋ ਸਕਦੀ। 2.5 ਸਾਲ ਬਹੁਤ ਹੁੰਦੇ ਨੇ ਤੁਹਾਡੇ ਕੋਲ, ਕੀ ਕੋਈ ਇੱਕ ਹਲਕਾ ਨਹੀਂ ਤੁਹਾਡੇ, ਕੋਈ 92 MLA ਕੋਈ ਹਿੱਕ 'ਤੇ ਥਾਪੀ ਮਾਰ ਕੇ ਕਹਿ ਸਕਦਾ ਕਿ ਮੇਰੇ ਪਿੰਡਾਂ ਦੇ ਵਿੱਚ ਨਸ਼ਾ ਨਹੀਂ ਵਿਕਦਾ ਹੈਗਾ, ਵਿਕ ਰਿਹਾ ਨਸ਼ਾ। ਇਸ ਕਰਕੇ ਲੋਕ, ਖਾਸ ਕਰਕੇ ਇਹ ਨਹੀਂ ਹੈ ਕਿ ਸਿਰਫ ਖਡੂਰ ਸਾਹਿਬ ਦੇ ਲੋਕ ਹੀ ਪੀੜਤ ਨੇ, ਉਹ ਸੰਗਰੂਰ ਦੇ ਲੋਕ ਵੀ ਪੀੜਤ ਨੇ ਨਸ਼ਿਆਂ ਤੋਂ। ਉਹ ਪਿੱਛੇ ਜੇ ਸ਼ਰਾਬ ਨਾਲ ਕਿੰਨੇ ਲੋਕ ਮਰੇ ਨੇ, ਉਹਦੇ 'ਚ ਹਰਪਾਲ ਸਿੰਘ ਚੀਮਾ ਸਾਹਿਬ ਐਕਸਾਈਜ਼ ਮਿਨਿਸਟਰੀ ਉਹਨਾਂ ਦੇ ਏਰੀਏ ਦੇ ਵਿੱਚ ਹੀ ਆ, ਅਮਨ ਰੋੜੇ ਦੇ ਏਰੀਏ ਦੇ ਵਿੱਚ, ਅਮੀਹ ਢੇਰ ਦਾ, ਇਹ ਸੰਗਰੂਰ ਬਰਨਾਲਾ ਵੀ ਤਾਂ ਸੰਗਰੂਰ ਦਾ ਪਾਰਟ ਹੀ ਰਿਹਾ, ਇਸ ਏਰੀਏ ਦੇ ਵਿੱਚ ਕਿੰਨੇ ਲੋਕ ਮਰ ਗਏ। ਨਸ਼ਾ ਪੰਜਾਬ ਦੀ ਪ੍ਰੋਬਲਮ ਆ, ਪਰ ਉਹਨਾਂ ਨੇ ਲੋਕ ਉਹ ਜ਼ਿਆਦਾ ਵੀ ਅਸੀਂ ਦੁਖੀ ਹੈਗੇ ਨੇ, ਬਾਕੀ ਲੋਕਾਂ ਨੂੰ ਲੱਗਾ ਕਿ ਚਲੋ ਆਟਾ ਫ੍ਰੀ ਮਿਲ ਰਿਹਾ ਹੈਗਾ, ਬਿਜਲੀ ਫ੍ਰੀ ਮਿਲ ਰਹੀ ਆ, ਬੱਸਾਂ 'ਚ ਫ੍ਰੀ ਆ, ਲੋਕ ਬਾਕੀ ਇਹਦਾ ਮਤਲਬ ਇਹ ਲਾਲਚਾਂ ਨੂੰ ਬੈਠੇ ਹੈਗੇ ਨੇ, ਉਹਨਾਂ ਨੂੰ ਲੱਗਦਾ ਸਾਡੀ ਜਵਾਨੀ ਹੈ, ਜੇ ਸਾਡੀ ਜਵਾਨੀ ਬਚੂਗੀ, ਸਾਡੇ ਮੁੰਡੇ ਬਚਣਗੇ ਤਾਂ ਹੀ ਘਰ ਵਸਣਗੇ, ਅਤੇ ਫਿਰ ਮੁੰਡਿਆਂ ਤੋਂ ਬਗੈਰ ਘਰ ਕਿਵੇਂ ਵੱਸ ਸਕਦੇ ਹੈਗੇ ਨਾ। ਤੁਸੀਂ ਅੱਜ ਕੱਲ੍ਹ ਪੰਜਾਬ ਦੀਆਂ ਕੁੜੀਆਂ ਵੀ ਨਸ਼ਾ ਕਰ ਲੱਗ ਪਈਆਂ, ਉਹਨਾਂ ਵਾਸਤੇ ਵੀ ਡਰੱਗ ਐਡਿਕਸ਼ਨ ਸੈਂਟਰ ਬਣ ਚੁੱਕੇ ਨੇ, ਇਹ ਤਰਾਸਦੀ ਆ। ਉਹਨਾਂ ਨੂੰ ਲੱਗਦਾ ਕਿਉਂਕਿ ਅੰਮ੍ਰਿਤਪਾਲ ਹੋਣੀ ਪੰਜਾਬ ਦਾ ਵਿਜ਼ਨ ਨਹੀਂ ਸੀ, ਲੇਕਿਨ ਉਹਨਾਂ ਲੋਕਾਂ ਦਾ ਵਿਸ਼ਵਾਸ ਵੱਧ ਗਿਆ।
ਇਸੇ ਕਰਕੇ ਆਮ ਆਦਮੀ ਪਾਰਟੀ ਨੂੰ ਵੀ ਲੋਕਾਂ ਨੇ 92 MLA ਦਿੱਤੇ ਸੀ ਨਾ, ਚਾਹੇ ਉਹਨਾਂ 'ਚ ਬਹੁਤੇ ਨਿਖੱਟੂ ਨਿਕਲੇ, ਕਈ ਚੰਗੇ ਵੀ ਹੈਗੇ ਨੇ, ਅਤੇ ਉਸੇ ਤਰ੍ਹਾਂ ਅੰਮ੍ਰਿਤਪਾਲ 'ਤੇ ਵੀ ਲੋਕਾਂ ਨੂੰ ਆਸ ਬਣ ਗਈ, ਕਿਉਂਕਿ ਉਹਨੇ ਸ਼ੁਰੂਆਤ ਕਿੱਥੋਂ ਕੀਤੀ ਸੀ ਕਿ ਗੁਰੂ ਦੇ ਲੜ ਲੱਗੋ। ਜਦੋਂ ਬੰਦਾ ਗੁਰੂ ਦੇ ਲੜ ਲੱਗਦਾ ਹੈਗਾ ਨਾ, ਉਹ ਫਿਰ ਇਹਨਾਂ ਤੋਂ ਦੂਰ ਰਹਿ ਜਾਂਦਾ ਹੈਗਾ, ਬੱਜਰ ਗਨਾਹਾਂ ਤੋਂ ਦੂਰ ਰਹਿ ਜਾਂਦਾ ਹੈਗਾ, ਕੁਕਰਮਾਂ ਤੋਂ ਦੂਰ ਰਹਿੰਦਾ, ਕਿਉਂਕਿ ਗੁਰੂ ਦਾ ਜਾਪ ਤਾਂ ਜਾਂਦਾ ਅਤੇ ਗੁਰੂ ਨੂੰ ਜਵਾਬਦੇਹ ਹੁੰਦੇ ਹੋ ਤੁਸੀਂ ਜੋ ਤੁਸੀਂ ਅੰਮ੍ਰਿਤ ਛੱਕ ਲੈਂਦੇ ਹੋ, ਨਸ਼ੇ ਤੋਂ ਤੁਸੀਂ ਦੂਰ ਹੋ ਜਾਂਦੇ। ਅਤੇ ਉਹਨੇ ਦੋਨੇ ਚੀਜ਼ਾਂ ਕਿ ਨਸ਼ੇ ਤੋਂ ਵੀ ਦੂਰ ਹੋ ਅਤੇ ਗੁਰੂ ਦੇ ਲੜ ਲੱਗ ਜਾਓ। ਔਰ ਬੀਬੀਆਂ ਨੇ ਇਸੇ ਕਰਕੇ ਲੱਗਾ ਕਿ ਹਾਂ ਇਹ ਸਾਡੀ ਜਵਾਨੀ ਬਚਾ ਸਕਦਾ, ਸਾਡੀਆਂ ਕੁੱਖਾਂ ਬਚਾ ਸਕਦਾ। ਹਾਲਾਂਕਿ ਚਲੋ ਜਿੱਤ ਹਾਰ ਦੂਰ ਦੀ ਗੱਲ, ਉਹ ਜਿੱਤ ਦਾ ਕਿ ਹਾਰ ਦਾ 4 ਤਰੀਕ ਨੂੰ ਪਤਾ ਲੱਗ ਜੂ, ਲੇਕਿਨ ਇੱਕ ਜਿਵੇਂ ਹੋਪ ਸੀ ਨਾ ਆਮ ਆਦਮੀ ਪਾਰਟੀ ਦੇ, ਉਵੇਂ ਖਡੂਰ ਸਾਹਿਬ ਦੇ ਲੋਕਾਂ ਨੂੰ ਹੋਪ ਆ ਕਿ ਇਹ ਮੁੰਡਾ ਕੰਮ ਕਰ ਸਕਦਾ। 31 ਸਾਲ ਇਹਦੇ 'ਚ ਜਜ਼ਬਾ ਜੋਸ਼ ਹੈਗਾ, ਜਜ਼ਬਾਤ ਵੀ, ਹਾਲਾਂਕਿ ਸ਼ੁਰੂਆਤੀ ਤੌਰ 'ਤੇ ਉਹਨਾਂ ਨੇ ਆਪਣੇ ਜਜ਼ਬਾਤਾਂ 'ਤੇ ਕੰਟਰੋਲ ਨਹੀਂ ਕੀਤਾ ਹੈਗਾ, ਅਗਰ ਜਜ਼ਬਾਤਾਂ 'ਤੇ ਕੰਟਰੋਲ ਕਰਦੇ ਸ਼ਾਇਦ ਉਹ ਅੱਜ 13 ਬੰਦੇ ਖੜਾਉਣ ਜੋਗਾ ਹੋ ਜਾਂਦਾ। ਪਹਿਲਾਂ ਤਾਂ ਉਹ ਚਲੋ ਸੰਵਿਧਾਨ ਨੂੰ ਮੰਨਦਾ, ਹੁਣ ਸੰਵਿਧਾਨ ਨੂੰ ਵੀ ਮੰਨ ਲੈਣਾ। ਨਵੀਂ ਜਦੋਂ ਤੁਸੀਂ ਪੋਲੀਟਿਕਸ ਦੇ ਵਿੱਚ ਆਉਂਦੇ, ਤੁਹਾਨੂੰ ਜਦੋਂ ਠੇਡੇ ਲੱਗਦੇ ਨਾ, ਅਤੇ ਤੁਸੀਂ ਠੋਕਰਾਂ ਖਾਂਦੇ ਹੋ, ਬੜਾ ਕੁਛ ਸਿੱਖ ਲੈਂਦੇ। ਸ਼ਾਇਦ ਅੰਮ੍ਰਿਤਪਾਲ ਸਿੰਘ ਹੋਣਾ ਨੇ ਵੀ ਠੋਕਰਾਂ ਖਾਧੀਆਂ ਨੇ, ਬਹੁਤ ਕੁਝ ਸਿੱਖ ਲਿਆਊਗਾ। ਹੁਣ ਸਵਾਲ ਇਸ ਮਸਲੇ ਦੇ ਵਿੱਚ ਕਿ ਬੀਬੀਆਂ ਨੂੰ ਇੱਕ ਤੇ ਲੱਗਾ, ਉਸ ਇਲਾਕੇ ਦੀਆਂ ਬੀਬੀਆਂ, ਇੱਕ ਨਸ਼ੇ ਦੀ ਪ੍ਰੋਬਲਮ, ਪੰਜਾਬ ਦੇ ਨਸ਼ੇ ਦੀ ਪ੍ਰੋਬਲਮ ਆ, ਬਾਕੀ ਵੀ ਬੀਬੀਆਂ ਆ, ਕਿਸੇ ਗਵਾਂਢੀ ਦਾ ਵੀ, ਦੁਸ਼ਮਣ ਦਾ ਵੀ ਪੁੱਤ ਮਰ ਜੇ ਨਾ ਨਸ਼ੇ ਦੇ ਨਾਲ, ਅਤੇ ਜਿਹੜੀ ਜਨਾਨੀ ਦੂਰ ਬੈਠੀ ਉਹਦਾ ਵੀ ਕਲੇਜਾ ਫਟ ਜਾਂਦਾ ਹੈਗਾ। ਇਹ ਪੰਜਾਬ ਦੀਆਂ ਔਰਤਾਂ ਦੀ ਕਹਾਣੀ ਆ, ਪਰ ਕੋਈ ਗੱਲ ਨਹੀਂ ਕਰੇਗਾ। ਇਸ ਕਰਕੇ ਅੰਮ੍ਰਿਤਪਾਲ 'ਤੇ ਇੱਕ ਤੇ ਹੈਗਾ, ਇੱਕ ਲੋਕਾਂ ਨੂੰ ਲੱਗਾ ਕਿ ਅੰਮ੍ਰਿਤਪਾਲ ਦੇ ਨਾਲ ਧੱਕਾ ਹੋਇਆ, ਸੈਂਟਰ ਸਰਕਾਰ ਨੇ ਵੀ ਕੀਤਾ, ਸੂਬਾ ਸਰਕਾਰ ਨੇ ਵੀ ਧੱਕਾ ਕੀਤਾ। NSA ਲੱਗ ਗਿਆ, 1 ਸਾਲ ਦਾ ਬਹੁਤ ਹੁੰਦਾ NSA, ਹੁਣ ਉਹ 2 ਸਾਲ ਦਾ ਕਰਤਾ ਸੀ, ਲੋਕਾਂ ਨੂੰ ਕਹਿ ਕਿ ਨਹੀਂ ਤਾਂ ਜ਼ੁਲਮ ਆ, ਅਤੇ ਪੰਜਾਬ ਦੇ ਲੋਕ ਨਾ ਜ਼ੁਲਮ ਕਰਦੇ ਨਾ ਜ਼ੁਲਮ ਸਹਿੰਦੇ, ਇਸ ਕਰਕੇ ਉੱਥੇ ਆਵਾਜ਼ ਬਣ ਗਈ। ਬੰਦੀ ਸਿੰਘਾਂ ਦਾ ਬਹੁਤ ਵੱਡਾ ਮਸਲਾ ਕਿ ਇੱਥੇ ਜਿਹੜੇ 19 ਸਾਲ ਪੁਰਾਣੇ ਕੇਸਾਂ 'ਚੋਂ ਬਲਾਤਕਾਰੀ ਅਤੇ ਕਾਤਲ ਬਰੀ ਹੋ ਰਹੇ ਨੇ, ਹੈ ਉਸ ਉਹਨੂੰ ਸਜ਼ਾ ਦਿੱਤੀ 20 ਸਾਲ ਦੀ, ਉਹ ਪਰੋਲ ਹੀ ਕੱਟੀ ਜਾ ਰਿਹਾ ਹੈਗਾ, ਅਤੇ ਜਿਹੜੇ ਬੰਦੀ ਸਿੰਘਾਂ ਨੂੰ ਸਜ਼ਾ ਪੂਰੀ ਕਰ ਚੁੱਕੇ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ, ਉਹਨਾਂ ਦੇ ਵਿੱਚ ਤਾਂ ਇਹਨਾਂ 'ਚ ਕੋਈ ਫਰਕ ਕੀ ਹੈਗਾ ਨਾ, ਕਾਨੂੰਨ ਦੇ ਹਿਸਾਬ ਨਾਲ ਇੱਕੋ ਜਿਹਾ। ਪਰ ਉਹ ਹੀ ਹੈ, ਇੱਕ ਸਵਾਲ ਹੈ ਕਿ ਉਹਦੇ ਪਿੱਛੇ ਵੋਟਾਂ ਨੇ, ਇੱਥੇ ਇਕੱਲੇ ਨੇ, ਇਸ ਕਰਕੇ ਉਹ ਸਰਬਜੀਤ ਖਾਲਸਾ ਉਹਨਾਂ ਦੀ ਵੀ ਗੱਲ ਹੈ ਕਿ ਉਹ ਲੋਕ ਕਹਿੰਦੇ ਅਗਰ ਇਹ ਪਾਰਲੀਮੈਂਟ ਦੇ ਵਿੱਚ ਜਾ ਕੇ ਗੱਲਾਂ ਕਰਦੇ ਅਤੇ ਪਾਰਲੀਮੈਂਟ ਦੇ ਵਿੱਚ ਜਾ ਕੇ ਬੰਦੀ ਸਿੰਘਾਂ ਦੀ ਗੱਲ ਹੋਊਗੀ ਤਾਂ ਇੱਕ ਆਵਾਜ਼ ਉੱਠੂਗੀ। ਅਕਾਲੀ ਦਲ ਨੇ ਉਸ ਲੈਵਲ 'ਤੇ ਨਹੀਂ ਕੀਤੀ ਹੈਗੀ, ਜਦੋਂ ਇਹਨਾਂ ਦੀ ਸਰਕਾਰ ਸੀ, ਜਦੋਂ ਵੱਢ ਹੋਏ ਉਦੋਂ ਤਾਂ ਹਰਸਿਮਰਤ ਕੌਰ ਬਾਦਲ ਨੇ ਗੱਲਾਂ ਕੀਤੀਆਂ ਨੇ, ਪਰ ਸਵਾਲ ਦੱਸਾਂ ਕਿ ਜਦੋਂ ਤੁਸੀਂ ਸੱਤਾ ਤੋਂ ਬਾਹਰ ਹੋ ਜਾਂਦੇ ਹੋ ਫਿਰ ਤੁਹਾਨੂੰ ਗੱਲਾਂ ਚੇਤੇ ਆਉਂਦੀਆਂ। ਵਿਦਇਨ ਗੌਰਮੈਂਟ ਤੁਹਾਡੀ ਭਾਈ ਵਾਲੀ ਸਰਕਾਰ ਸੀ, ਤੁਹਾਨੂੰ ਉਹਨਾਂ ਨੂੰ ਨੱਕ 'ਚ ਦਮ ਰੱਖਣਾ ਚਾਹੀਦਾ ਸੀ ਪਾ ਕੇ। BJP ਵਾਲੇ ਰੋਜ਼ ਸਵਾਲ ਕਰਦੇ, ਰੋਜ਼ ਪੁੱਛਦੇ, ਰੋਜ਼ ਰੌਲਾ ਪਾਉਂਦੇ, ਦਿੱਲੀ ਦਾ ਮੀਡੀਆ ਬੈਠਾ ਹੈਗਾ, ਗੱਲਾਂ ਹੁੰਦੀਆਂ ਤਾਂ ਆਖਿਰ ਦੱਸਿਆ ਜਾਂਦਾ ਹੈਗਾ, ਪਰ ਉਹ ਨਹੀਂ। ਇਸੇ ਕਰਕੇ ਚਾਹੇ ਅੰਮ੍ਰਿਤਪਾਲ ਸਿੰਘ ਹੈ ਚਾਹੇ ਸਰਬਜੀਤ ਸਿੰਘ ਖਾਲਸਾ ਨੇ, ਉਹ ਚੁਆਇਸ ਬਣ ਚੁੱਕੇ ਲੋਕਾਂ ਦੀ, ਕਿਉਂਕਿ ਪੰਜਾਬ ਜਿਵੇਂ ਕਹਿੰਦਾ ਇੱਕ ਸਟੇਟ ਨਹੀਂ, ਇੱਕ ਸੋਚ ਆ, ਉਸ ਸੋਚ ਨੂੰ ਨਾ ਕਾਂਗਰਸੀ ਸਮਝ ਸਕੇ ਨੇ, ਨਾ BJP ਵਾਲੇ ਸਮਝ ਸਕੇ, ਨਾ ਝਾੜੂ ਵਾਲੇ ਸਮਝ ਸਕੇ ਨੇ। ਹੁਣ ਅਕਾਲੀ ਦਲ ਸਮਝ ਸਕਿਆ ਸੀ, ਬਦਕਿਸਮਤੀ ਨਾਲ ਉਹਨਾਂ ਨੇ ਜਦੋਂ ਉਹਨਾਂ ਦੀ ਅਲਾਇੰਸ ਸੀ ਸੈਂਟਰ ਦੇ ਵਿੱਚ, ਉਹ ਗੱਲ ਨਹੀਂ ਕਰ ਸਕੇ। ਔਰ ਕਹਿੰਦੇ ਨਾ ਸਿਆਣੇ, ਜਦੋਂ ਇੱਕ ਵਾਰ ਵੇਲਾ ਹੱਥੋਂ ਖੁੰਝ ਜੇ ਨਾ ਫਿਰ ਵਾਰ ਵਾਰ ਨਹੀਂ ਆਉਂਦਾ ਹੈਗਾ, ਉਹ ਅਕਾਲੀਆਂ ਦੇ ਹੱਥੋਂ ਵੇਲਾ ਨਿਕਲ ਚੁੱਕਾ ਹੈਗਾ। ਪਰ ਹੁਣ ਦੇਖਦੇ ਹਾਂ ਕਿ ਨਸ਼ਿਆਂ ਦੇ ਮਸਲੇ 'ਚ ਜਿਹੜੀ ਆਵਾਜ਼ ਆ, ਕਿਉਂਕਿ ਅੱਜ ਦਾ ਦਿਨ ਆ, ਲੋਕਾਂ ਨੇ ਡੋਰ ਟੂ ਡੋਰ ਪ੍ਰਚਾਰ ਕਰਨਾ, ਕੱਲ੍ਹ ਦਾ ਦਿਨ ਆ, ਪਰਸੋਂ ਦਾ ਦਿਨ ਆ, ਅਤੇ ਇਸ ਕਰਕੇ ਇਹ ਜਿਹੜਾ ਇਲੈਕਸ਼ਨ ਵੀ ਆ, ਸਵੇਰ ਤੱਕ ਅਤੇ ਸ਼ਾਮ ਦੇ 5 ਵਜੇ ਤੱਕ ਤਾਂ ਲੋਕ ਗੱਲਾਂ ਕਰਨੀਆਂ, ਐਂਡ ਅੱਧਾ ਘੰਟਾ ਵੀ ਬੜਾ ਇੰਪੋਰਟੈਂਟ ਹੁੰਦਾ ਜੋ ਵੋਟਾਂ ਪੈਣਗੀਆਂ, ਅਤੇ ਉਹਦੇ ਨਾਲ ਹਵਾ ਤਾਂ ਬਣ ਹੀ ਗਈ ਆ। ਜਿਹਨਾਂ ਲੋਕਾਂ ਦੇ ਵਿੱਚ ਹਵਾ ਬਣੀ ਬਣ ਗਿਆ, ਜਿਹਨਾਂ ਲੋਕਾਂ ਨੇ ਲਾਈਕ ਨਹੀਂ ਕਰਨਾ ਉਹ ਵੀ ਸਾਰਿਆਂ ਨੂੰ ਸਪੱਸ਼ਟ ਹੋ ਚੁੱਕਾ।